ਨਿਹਾਲਾ ਲਵੇਰਾ ਪਿੰਡ ਹੈ, ਫਿਰੋਜ਼ਪੁਰ ਸ਼ਹਿਰ ਦੇ ਨਾਲ ਹੈਗਾ ਪਿੰਡ। ਮੈਂ ਉਹਨਾਂ ਪਿੰਡਾਂ 'ਚ ਆਇਆ ਅਤੇ ਤੁਸੀਂ ਦੇਖੋ ਆ ਸਾਰਾ ਇਲਾਕਾ ਡੁੱਬ ਗਿਆ। ਇਹਦਾ ਇੱਕ ਵੱਡਾ ਕਾਰਨ ਹੈ ਜਿਹੜੀ ਗਲਤੀ ਪੰਜਾਬ ਸਰਕਾਰ ਨੇ ਕੀਤੀ ਹੈ ਕਿ ਜਿਹੜਾ ਹਰੀਕੇ ਦਾ ਆਪਣਾ ਬੰਨ ਲਾਇਆ, ਡੈਮ ਲਾਇਆ ਹੈਡਵਰਕਸ, ਅੱਜ ਤੱਕ ਕਿਸੇ ਵੀ ਟਾਈਮ 'ਚ ਜਦੋਂ ਬਣ ਰਿਹਾ ਸਾਰੇ ਗੇਟ ਨਹੀਂ ਖੋਲ੍ਹੇ ਗਏ। ਸੇਖੋਂ ਸਾਹਿਬ ਇਰੀਗੇਸ਼ਨ ਮਿਨਿਸਟਰ ਹੈ, ਇਹਨਾਂ ਨੇ ਕਿੰਨੇ ਸਾਲ ਇਹ ਮਹਿਕਮਾ ਚਲਾਇਆ ਹੈ। ਅੱਜ ਸਵੇਰੇ ਗੱਲ ਹੀ ਕਰ ਰਹੇ ਸੀ ਕਿ ਸਭ ਤੋਂ ਵੱਡੀ ਗਲਤੀ ਅਤੇ ਪਾਪ ਜਿਹੜਾ ਕੀਤਾ ਹੈ ਆਮ ਆਦਮੀ ਪਾਰਟੀ ਦੇ ਕਿਸੇ ਲੀਡਰ ਦੇ ਕਹਿਣ 'ਤੇ ਉਹਨਾਂ ਨੇ ਸਾਰੇ ਖੋਲ੍ਹ ਦਿੱਤੇ, ਉਹਦੇ ਕਰਕੇ ਇੱਕਦਮ ਅੱਛਾ ਉਹਨਾਂ ਨੇ ਸਾਰਾ ਹੀ ਇਹਦੇ ਕਰਕੇ ਇੱਕਦਮ ਹੀ ਜੇ 13 ਗੇਟ ਸਾਰੇ ਖੋਲ੍ਹ ਦਿਓ ਅਤੇ 31 ਤੇ 31 ਗੇਟ ਸਾਰੇ ਖੁਲਾ ਦਿੱਤੇ ਆਮ ਆਦਮੀ ਪਾਰਟੀ ਦੇ MP ਨੇ, ਜਿਹਦੇ ਕਰਕੇ ਸਾਰਾ ਹੀ ਇਲਾਕਾ ਡੁੱਬ ਗਿਆ। ਅੱਜ ਤੱਕ ਇੱਥੇ ਪਹਿਲੇ ਨਹੀਂ ਹੁੰਦਾ ਸੀ ਆ ਇੱਕ ਖਾਸੀ ਵਾਲੀ ਇੰਨਾ ਬਣ ਗਿਆ, ਇੰਨਾ ਪਾਣੀ ਨੇ। ਨਹੀਂ ਤਾਂ ਪਹਿਲੇ ਕੀ ਹੁੰਦਾ ਸੀ, ਭਲੇ 2 ਗੇਟ ਖੇਡਦੇ, 3 ਖੇਡਦੇ, ਹਿਸਾਬ ਨਾਲ ਕਰਦੇ ਸੀ ਹੌਲੀ ਹੌਲੀ ਜਿਵੇਂ ਰਿਸਦਾ ਸੀ ਪਾਣੀ। ਪਰ ਇਹ ਕਿਉਂਕਿ ਤਜਰਬਾ ਹੈ ਨਹੀਂ, ਇੱਥੇ ਜਿਹੜਾ ਜੀ ਆਉਂਦਾ ਜਿਹੜਾ ਆਉਂਦਾ ਆਪਣਾ ਆਰਡਰ ਛਾੜ ਕੇ ਚਲੇ ਜਾਂਦਾ। ਜਿਵੇਂ ਮੈਂ ਪਹਿਲੇ ਕਿਹਾ ਨਲਾਇਕ ਬੰਦਿਆਂ ਨੂੰ ਜੇ ਚਾਰਜ ਦਿਓਗੇ ਆਪਣੇ ਆਪ ਹੀ ਹੋਣਾ ਹੀ ਐਕਸੀਡੈਂਟ ਹੋਣੇ ਆ। ਸੇਖੋਂ ਸਾਹਿਬ ਤੁਹਾਨੂੰ ਬੜੇ ਵਿਸਤਾਰ ਨਾਲ ਸਮਝਾਉਣਗੇ ਕਿਉਂਕਿ ਇਰੀਗੇਸ਼ਨ ਦਾ ਮਹਿਕਮਾ ਰਿਹਾ ਇਹਨਾਂ ਨੇ ਪੂਰੇ 10 ਸਾਲ ਪੂਰੇ। ਸਭ ਤੋਂ ਵੱਡਾ ਨੁਕਸਾਨ ਇਹਦੇ 'ਚ ਇਹ ਹੋਣਾ ਹੈ ਕਿ ਜਿਹੜੀ ਜ਼ਮੀਨ ਹੈ ਕਿਤੋਂ ਪੱਟੀ ਜਾਣੀ ਹੈ ਕਿਤੇ ਭਲ ਸਿੱਟੀ ਜਾਣੀ ਹੈ। ਇਹ ਮੁਸੀਬਤ ਜ਼ਿਮੀਂਦਾਰਾਂ ਵਾਸਤੇ ਹੋਰ ਵੀ ਵੱਡੀ ਹੋ ਜਾਣੀ ਹੈ ਕਿਉਂਕਿ ਪਾਣੀ ਬਰਾਬਰ ਛੱਡਤਾ, ਕਦੇ ਐਂ ਪਾਣੀ ਨਹੀਂ ਛੱਡੀਦਾ ਹੁੰਦਾ ਵੀ ਜਿੰਨਾ ਪਾਣੀ ਹਰੀਕੇ ਤੋਂ ਛੱਡਤਾ ਉੱਨਾ ਪਾਣੀ ਉੱਥੋਂ ਹੁਸੈਨੀ ਵਾਲੇ ਛੱਡਤਾ। ਪਾਣੀ ਤਾਂ ਰਫ਼ਤਾਰ ਦੇਖੋ ਅਜੇ ਨਹੀਂ ਮੱਠੀ ਹੋਈ, ਕਿੰਨੇ ਦਿਨ ਹੋ ਗਏ। ਇਹਦਾ ਨੁਕਸਾਨ ਜ਼ਮੀਨਾਂ ਪੱਟੀਆਂ ਜਾਣੀਆਂ ਔਰ ਕਿਤੇ ਭਲ ਪੈ ਜਾਣੀ ਹੈ ਕਿਤੋਂ ਵੱਢਿਆ ਜਾਣਾ ਸਾਰਾ ਚੱਕਿਆ ਜਾਣਾ, ਇਹ ਬਹੁਤ ਵੱਡਾ ਨੁਕਸਾਨ। ਫਸਲ ਤਾਂ ਮਰੀ, ਫਸਲ ਤਾਂ ਮਰੀ ਮਰੀ ਹੈ, ਆਹ ਵੱਡਾ ਨੁਕਸਾਨ ਹੋ ਜਾਂਦਾ। ਪਲੈਨਿੰਗ 'ਚ ਹੀ ਕਮੀ ਹੈ ਨਾ ਜੀ, ਇੱਕਦਮ ਪਾਣੀ ਨਹੀਂ ਕਦੇ ਛੱਡਿਆ ਜਾਂਦਾ, ਪਾਣੀ ਹੌਲੀ ਹੌਲੀ ਛੱਡਿਆ ਜਾਂਦਾ, ਉਸ ਹਿਸਾਬ ਨਾਲ ਹੀ ਪਾਣੀ ਅੱਗੇ ਛੱਡੀ ਜਾਂਦਾ। ਤੁਸੀਂ ਲੋਕਾਂ ਦੇ ਵਿੱਚ ਗਏ ਹੋ, ਲੋਕਾਂ ਦੀ ਇਸ ਵੇਲੇ ਕੀ ਡਿਮਾਂਡ ਜਾਂ ਉਹਨਾਂ ਦਾ ਕੀ ਕਹਿਣਾ? ਸੀ ਜਿਹੜੀ ਮੈਂ ਹੁਣੀ ਲੋਕ ਬੈਠੇ ਆ, ਤੁਸੀਂ ਇੱਧਰ ਦੇਖੋ ਇੱਧਰਲੇ ਪਾਸੇ, ਇੱਥੋਂ ਤਕਰੀਬਨ 15-20 ਪਿੰਡ ਇਸ ਸਾਈਡ ਪਾਸੇ ਹੈ, 15-20 ਪਿੰਡਾਂ 'ਚ ਕੰਪਲੀਟਲੀ ਕੱਟ ਆਫ ਹੈ। ਇਹਦੇ ਬਾਅਦ ਇੱਧਰਲੇ ਪਾਸੇ ਵਾਲੇ ਪਿੰਡ ਸਾਰੇ ਡੁੱਬ ਗਏ ਆ, ਘਰ ਡੁੱਬ ਗਏ ਆ, ਲੋਕ ਛੱਤਾਂ 'ਤੇ ਬੈਠੇ ਆ, ਪੀਣ ਵਾਲੇ ਪਾਣੀ ਦੀ ਲੋੜ ਹੈ। ਹੁਣੀ ਮੈਨੂੰ ਦੱਸ ਰਹੇ ਸੀ ਪਸ਼ੂਆਂ ਵਾਸਤੇ ਚਾਰੇ ਦੀ ਲੋੜ ਹੈ, ਖਾਣਾ ਰੋਟੀ, ਅਸੀਂ ਲੰਗਰ ਦੀ ਸੇਵਾ ਲੰਗਰ ਸ਼ੁਰੂ ਕੀਤਾ ਇੱਥੇ, ਕੋਈ ਤਲਵਾ ਆਪਾਂ ਨੂੰ ਟੈਂਟ ਦੀ ਲੋੜ ਹੈ ਕਿਸੇ ਨੂੰ। ਹੁਣ ਅੱਜ ਰਾਤ ਨੂੰ ਲੋਕ ਲੇਡੀਜ਼ ਸਾਰੇ ਲੋਕ ਇੱਥੇ ਸੜਕ 'ਤੇ ਪਏ ਆ। ਹੁਣ ਸਰਕਾਰ ਦਾ ਕੰਮ ਘੱਟ ਤੋਂ ਘੱਟ ਤੰਬੂ ਲਿਆਉਣੇ ਚਾਹੀਦੇ ਆ, ਤੰਬੂ ਲਾਉਣ ਇੱਥੇ 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 ਆਪਣਾ ਤੂੜੀ ਚਾਰਾ ਪਾਣੀ ਆ ਸਾਰਾ ਦੇਖੋ ਆ ਲੋਕ ਤੁਹਾਡੇ ਬੋਰਡ ਤੇ ਆ ਰਹੇ ਆ, ਸਾਰੇ ਪਿੰਡ ਦੇ ਲੋਕ ਆ ਰਹੇ ਆ। ਤੇ ਇੱਕ ਹੋਰ ਗੱਲ ਹੈ, ਵੱਡੀ ਗੱਲ ਹੈ, ਤੁਸੀਂ ਦੇਖ ਲਓ ਇੱਥੇ ਘੱਟ ਤੋਂ ਘੱਟ 10,000 ਆਬਾਦੀ ਹੋਣੀ ਹੈ ਇਸ ਇਲਾਕੇ 'ਚ, 10,000 ਇਕੱਲੇ ਕਿੰਨੇ, 1 ਜਾਂ 2 ਬੋਟ ਹੈ, ਇੱਕੋ ਹੀ ਬੋਟ ਹੈ, ਇੱਕ ਖਰਾਬ ਇੱਕ ਬੋਟ 10,000 ਆਬਾਦੀ ਨੂੰ ਕਿਵੇਂ ਬਚਾ ਸਕੂਗੀ? ਐਂ ਹਿਸਾਬ ਨਾਲ ਹੋ ਕੀ ਰਿਹਾ, ਸਰਕਾਰ ਨੂੰ ਡਰਾਮਾ ਨਹੀਂ ਕਰਨਾ ਚਾਹੀਦਾ, ਦਿਲ ਨਾ ਲੱਗੇ। ਇੱਕ ਦੀ ਜਗ੍ਹਾ ਘੱਟ ਤੋਂ ਘੱਟ 50 ਬੋਟਸ ਹੋਣੀ ਚਾਹੀਦੀ, ਇੱਥੇ ਆਰਮੀ ਬੁਲਾ ਲਓ ਤੁਸੀਂ, ਪੰਜਾਬ ਪੁਲਿਸ ਦੀ ਜਵਾਨ ਭੇਜੋ ਇੱਥੇ, ਤੁਸੀਂ ਇੱਥੇ NDRF ਦੇ ਜਵਾਨ ਮੰਗਾ ਲਓ, ਉਦੋਂ ਉਹਨਾਂ ਦਾ ਕੰਮ ਹੀ ਹੈ ਸਪੈਸ਼ਲਿਸਟ, ਬੋਟਸ ਮੰਗਾ ਲਓ। ਪਰ ਨਹੀਂ, ਇਹਨਾਂ ਨੇ ਬਸ ਡਰਾਮਾ ਕਰਨਾ, ਇੱਕ ਬੋਟ ਛੱਡਤੀ, ਇੱਕ ਬੋਟ ਨਾਲ ਤਾਂ ਐਵੇਂ ਡਰਾਮਾ ਚੱਲ ਰਿਹਾ। ਇਹ ਪਾਰਟੀ ਦੀ ਲੋੜ ਨਹੀਂ, ਹੁੰਦਾ ਕੀ ਹੈ ਜੇ ਸੇਖੋਂ ਸਾਹਿਬ ਜਾਣਦੇ ਆ ਕਿਉਂਕਿ ਮੰਤਰੀ ਸੀ ਇਰੀਗੇਸ਼ਨ ਦੇ, ਸਾਹਿਬ ਪ੍ਰਕਾਸ਼ ਸਿੰਘ ਬਾਦਲ ਜਦੋਂ ਮੁੱਖ ਮੰਤਰੀ ਹੁੰਦੇ ਸੀ ਬਰਸਾਤਾਂ ਤੋਂ ਪਹਿਲੇ ਮੀਟਿੰਗ ਹੋ ਜਾਂਦੀ ਸੀ ਮਹਿਕਮੇ ਦੀ, ਸਾਰੇ DC ਆ ਜਾਂਦੇ ਸੀ, ਸਾਰੀਆਂ ਡਰੇਨਾਂ 2 ਮਹੀਨੇ ਪਹਿਲੇ, ਹਰ ਸਾਲ ਦਾ ਕੰਮ ਹੈ, ਡਰੇਨਾਂ ਸਾਫ਼ ਹੋਣੀਆਂ ਪੈਂਦੀਆਂ, ਡਰੇਨਾਂ ਸਾਫ਼ ਕਰਨੀਆਂ ਪੈਣੀਆਂ, ਬੰਨ ਪਕੜੇ ਕਰਨੇ ਆ, ਪੂਰਾ ਜਾਇਜ਼ਾ ਲੱਗ ਜਾਂਦਾ ਸੀ ਇੱਕ ਪਾਸੇ ਤੋਂ ਲੈ ਕੇ ਪੰਜਾਬ ਦਾ। 7 ਸਾਲ ਹੋ ਗਏ, ਤੁਸੀਂ ਵੀ ਜਾਣਦੇ ਹੋ, ਸਾਰਾ ਮੀਡੀਆ ਜਾਣਦਾ, 7 ਸਾਲ ਲਗਾਤਾਰ ਇਹ ਬੰਨਾਂ ਨੂੰ ਕਿਸੇ ਨੇ ਨਹੀਂ, ਕਾਂਗਰਸ ਦੇ 5 ਸਾਲ ਵੀ ਗਏ, ਮੁੜ ਕੇ ਹੁਣ ਇਹ ਆ ਗਏ।
साल मैं बहुत जगह जाके आया सेम नालियां नहीं साफ नहीं किते। कल मैं इत रात नू समाने हल्के सी तुसी देख लो सेम नाले विच जान डेडे वड़े दरख्त खड़े सी क्योंकि साफ ही नहीं हुए आकार ही नहीं है। जे साफ हो जाते ड्रेनेज सिस्टम बन जाता बंद लग जाते पानी ने सीधे निकल जाना सी। अज नैशनल हाईवे भी हुण बंद हो चुका घग्गर दे विचों फिर पानी जो सड़क दे उत्ते आ गया होना ही है क्योंकि एकदम खोली जाते पानी जिवें इत्थे बत्ती ते बत्ती गेट खोलते ਤੁਸੀਂ ਹੌਲੀ ਜੇ ਕਰਨਾ ਆਉਂਦੀ ਹੈ ਟੈਕਨੀਕਲ ਤਰੀਕਾ ਹੈ ਪੋਲੀਟੀਕਲ ਪ੍ਰੈਸ਼ਰ ਨਾਲ ਨਹੀਂ ਕਰਨਾ ਚਾਹੀਦਾ ਇੱਥੇ ਪੋਲੀਟੀਕਲ ਪ੍ਰੈਸ਼ਰ ਆਮ ਆਦਮੀ ਪਾਰਟੀ ਦੇ ਐਮ ਪੀ ਦੇ ਪੋਲੀਟੀਕਲ ਪ੍ਰੈਸ਼ਰ ਨਾਲ ਤੁਸੀਂ ਜੇ ਗੇਟ ਖੋਲੋਗੇ ਤਾਂ ਨੁਕਸਾਨ ਹੋਣਾ ਹੈ ਆਹ ਤਾਂ ਇੰਜੀਨੀਅਰਾਂ ਦੀ ਸਲਾਹ ਲੈਣੀ ਚਾਹੀਦੀ ਸੀ। ਬਲ ਸਾਹਿਬ ਬੰਨਾਂ ਦੀ ਹਾਲਤ ਬਹੁਤ ਜਿਹੜੀ ਖਸਤਾ ਹਾਲਤ ਹੋਈ ਹੈ ਤੁਸੀਂ ਇਲਾਕੇ ਦੇ ਐਮ ਪੀ ਹੋ ਅਤੇ ਇਹਨਾਂ ਬੰਨਾਂ ਨੂੰ ਮਜ਼ਬੂਤ ਕਰਨ ਵਾਸਤੇ ਕੋਈ ਉਪਰਾਲਾ ਕਰੋਗੇ ਜੀ? ਮੈਂ ਤਾਂ ਸਰਕਾਰ ਨੂੰ ਅਸੀਂ ਕਹਿ ਸਕਦੇ ਹਾਂ ਕਿਉਂਕਿ ਸਰਕਾਰ ਕੋਲ ਸਾਧਨ ਹੈ ਸਰਕਾਰ ਕੋਲ ਇਰੀਗੇਸ਼ਨ ਮਹਿਕਮਾ ਡਰੇਨੇਜ ਮਹਿਕਮਾ ਮਿੰਟਾਂ 'ਚ ਕਰ ਸਕਦੇ ਹੈ। ਸੋ ਮੈਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਅਫਸਰ ਸਭਾ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਸਾਰੇ ਆਪਣੇ ਦਫ਼ਤਰਾਂ ਖੁੱਲ੍ਹ ਕੇ ਇੱਥੇ ਆ ਜਾਣ ਇੱਥੇ ਹਰ ਪੁਆਇੰਟ 'ਤੇ ਜਿਵੇਂ ਆਹ ਪੁਆਇੰਟ ਹੈ ਇਸ ਪੁਆਇੰਟ 'ਤੇ ਇੱਕ ਅਫਸਰ ਦੀ ਡਿਊਟੀ ਹੋਣੀ ਚਾਹੀਦੀ ਹੈ ਜਾਂ ਤਹਿਸੀਲਦਾਰ ਹੋਏ ਜਾਂ ਐਸ ਡੀ ਐਮ ਹੋਏ ਪੱਕਾ ਇੱਥੇ ਬੈਠੇ ਉਹ ਤਾਂ ਜਿਹੜੇ ਭਾਵੇਂ ਪਹੁੰਚੇ ਹੈ ਕਾਰਵਾਈ ਨਾ ਕਰਨ ਪ੍ਰੋਬਲਮ ਹੈ ਕਾਰਵਾਈ ਦੀ ਆਹ ਇੱਕ ਹੁਣ ਕਾਰਵਾਈ ਉਹਨ ਜੇ ਜਿਵੇਂ ਉਹ ਦੇਖਣ ਕਿਵੇਂ ਬਾਦਲ ਸਾਹਿਬ ਆਪਣੇ ਟਾਈਮ 'ਚ ਕਿਵੇਂ ਕਰਦੇ ਹੁੰਦੇ ਸੀ ਕਿਉਂਕਿ ਉਹਨਾਂ ਨੂੰ ਤਜਰਬਾ ਸੀ ਇੰਨੇ 50 ਸਾਲ ਦਾ ਤਜਰਬਾ।